ਨਾਲੇ ਪਾਣੀ ਉਹ ਕੱਟ ਸੀ ਕਿਸਨੇ ਨੇ ਪਾਇਆ ਤੂੰ ਬਦਲਾ ਲੈ ਲਈ ਜਿਉਣਿਆ ਜੇ ਮਾਂ ਦਾ ਜਾਇਆ। ਜਿਉਣੀ ਮੌੜ ਦਾ ਪਿੰਡ ਹੈ, ਸੰਗਰੂਰ ਜ਼ਿਲ੍ਹੇ ਦਾ ਮੌੜਾ ਪਿੰਡ ਹੈ, ਬੜਾ ਇਤਿਹਾਸਿਕ ਪਿੰਡ ਹੈ। ਅਸੀਂ ਉਸ ਪਿੰਡ ਦੇ ਵਿੱਚ ਖੜ੍ਹੇ ਹਾਂ। 2 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ, ਜਿਸ ਸਰਕਾਰ ਨੇ ਅਹਿਦ ਲਿਆ ਸੀਗਾ ਕਿ ਉਹ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰ ਦੇਣਗੇ। ਪਰ ਅੱਜ ਇੱਥੇ ਜਿਹੜਾ ਤੁਸੀਂ ਇਕੱਠ ਦੇਖ ਰਹੇ ਹੋ, ਉਹ ਇਕੱਠ ਇਸ ਕਰਕੇ ਰੱਖਿਆ ਗਿਆ ਪਿੰਡ ਨੇ ਕਿ ਇਸ ਪਿੰਡ ਦੇ ਵਿੱਚ ਨਜਾਇਜ਼ ਸ਼ਰਾਬ, ਚਿੱਟਾ ਅਤੇ ਹੋਰ ਨਸ਼ੇ ਜਿਹੜੇ ਵਿਕ ਰਹੇ ਨੇ। DSP ਦਿੜਬਾ ਲੋਕਾਂ ਨੂੰ ਸੰਬੋਧਨ ਕਰਨ ਵਾਸਤੇ ਆ ਰਹੇ ਨੇ। ਲੋਕਾਂ ਦੀ ਸ਼ਿਕਾਇਤ ਹੈ ਕਿ ਇੱਥੇ ਕੁਝ ਨੌਜਵਾਨ ਨਸ਼ਾ ਵੇਚ ਰਹੇ ਨੇ, ਪੁਲਿਸ ਦੀ ਸ਼ਹਿ 'ਤੇ ਨਸ਼ਾ ਵਿਕ ਰਿਹਾ। ਇਹ ਬਹੁਤ ਵੱਡਾ ਸਵਾਲ ਹੈ ਵੀ ਪੁਲਿਸ ਦੀ ਸ਼ਹਿ 'ਤੇ ਜਿਹੜੀ ਇਲਾਕੇ ਦੀ ਪੁਲਿਸ ਹੈ ਉਹ ਕੁਛ ਨਹੀਂ ਕਰ ਰਹੀ, ਵੱਡੇ ਪੱਧਰ 'ਤੇ ਇੱਥੇ ਨਸ਼ੇ ਦੀ ਤਸਕਰੀ ਹੋ ਰਹੀ ਹੈ। ਲੋਕ ਆਪਣੇ ਸਵਾਲ ਰੱਖ ਰਹੇ ਨੇ, ਡਿਪਟੀ ਸਾਹਿਬ ਇੱਥੇ ਆਏ ਹੋਏ ਨੇ, ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਵੀ ਇੰਨਾ ਇਤਿਹਾਸਕ ਪਿੰਡ ਜਿਸ ਨੇ ਬਹੁਤ ਵੱਡੇ ਵੱਡੇ ਪੋਲੀਟੀਕਲ ਲੀਡਰ, ਵੱਡੇ ਵੱਡੇ ਲੇਖਕ, ਵੱਡੇ ਵੱਡੇ ਖਿਡਾਰੀ ਜਿਸ ਇਲਾਕੇ ਨੇ ਹੋਰ ਐਜੂਕੇਟਡ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਪੈਦਾ ਕੀਤੀਆਂ ਨੇ, ਉਸ ਪਿੰਡ ਨੂੰ ਅੱਜ ਇਸ ਸਮੱਸਿਆ ਦੇ ਨਾਲ ਜੂਝਣਾ ਪੈ ਰਿਹਾ। ਇਸ ਸਮੱਸਿਆ ਦੇ ਨਾਲ 2-4 ਹੋਣ ਦੇ ਲਈ ਘਰਾਂ ਦੇ ਵਿੱਚੋਂ ਨਿਕਲ ਕੇ ਮਤਾਵਾਂ ਅੱਗੇ ਆਈਆਂ ਨੇ, ਜਿਨ੍ਹਾਂ ਨੇ ਇਸ ਸੰਬੰਧੀ ਪਿਛਲੇ ਦਿਨੀ SSP ਸੰਗਰੂਰ ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੌੜਾ ਪਿੰਡ ਦੇ ਵਿੱਚ ਨਸ਼ੇ ਦੀ ਤਸਕਰੀ ਹੈ ਜਿਹੜੀ, ਉਹ ਬੇਹੱਦ ਜ਼ਿਆਦਾ ਹੋ ਚੁੱਕੀ ਹੈ। ਨਸ਼ੇ ਦੇ ਉੱਤੇ ਉਹ ਅਸੀਂ ਹੁਣ ਐਕਟੀਵੇਟ ਦੁਆਰਾ ਕੀਤੀਆਂ ਨੇ ਸਾਰਿਆਂ 'ਤੇ। ਰੋਜ਼ ਅਸੀਂ ਤਕਰੀਬਨ DSP 5 ਪਿੰਡਾਂ 'ਚ ਜਾਇਆ ਕਰੂੰਗਾ, SHO 6 ਪਿੰਡਾਂ 'ਚ ਡੇਲੀ, ਮਤਲਬ ਕਿ ਇੱਕ ਇੱਕ ਪਿੰਡ ਡੇਲੀ 6 ਪਿੰਡ 5 ਪਿੰਡ ਮੈਂ ਕਰਿਆ ਕਰੂੰ, SHO 6 ਪਿੰਡ ਕਰਿਆ ਕਰੂੰਗਾ, SP ਸਾਹਿਬਾਨ 2 ਪਿੰਡ ਕਰਿਆ ਕਰਾਂਗੇ। ਉਹਨਾਂ ਨਸ਼ਿਆਂ ਦੇ ਉੱਤੇ ਹੀ ਜਿਹੜਾ ਸਾਰਾ ਐਕਟੀਵੇਟ ਕਰਨਾ। ਮੌੜਾਂ ਦੇ ਵਿੱਚ ਥੋੜ੍ਹੀ ਜਿਹੀ ਸ਼ਿਕਾਇਤ ਆਈ ਸੀ ਨਸ਼ੇ ਵਾਲੀ, ਉਹਦੇ 'ਤੇ ਅਸੀਂ ਐਕਸ਼ਨ ਵੀ ਲੈ ਲਿਆ, ਜੋ ਰਿਕਵਰੀ ਵੀ ਹੋ ਗਈ, ਪਰਚੇ ਵੀ ਦਰਜ ਹੋ ਗਏ, ਅਤੇ ਉਹਦੇ ਸੰਬੰਧ 'ਚ ਪਬਲਿਕ ਦੇ ਸਹਿਯੋਗ ਦੀ ਲੋੜ ਹੈ। ਪਬਲਿਕ ਨੇ ਇੱਥੋਂ ਆਵਾਜ਼ ਉਠਾਈ ਸੀ, ਅਸੀਂ ਉਹਨੂੰ ਐਕਟੀਵੇਟ ਕਰਨ ਆਇਆ ਵੀ ਇਹਨੂੰ ਚੰਗੀ ਤਰ੍ਹਾਂ ਉਹ ਆ, ਮਤਲਬ ਪਬਲਿਕ ਸਾਥ ਦੇ ਕੇ ਇਹਨੂੰ ਟੋਟਲ 100% ਇੱਥੋਂ ਡਰੱਗ ਫਰੀ ਨਸ਼ੇ ਕਰੀਏ ਪਾਉਣਾ। ਵਾਰ ਵਾਰ ਬਣੇ ਸੀ ਉਦੋਂ ਵੀ ਪੁਲਿਸ ਨੇ ਬਹੁਤ ਵੱਡੇ ਪੱਧਰ ਦੇ ਕੰਮ ਕੀਤੇ, ਸੰਦੀਪ ਗਰਗ ਜੀ ਨੂੰ ਆਪਣੇ ਬੱਚੇ ਨੇ ਸੈਮੀਨਾਰ ਵੀ ਕਰਵਾਏ ਕਾਫੀ, ਜਦੋਂ ਜਿਵੇਂ ਕਹਿੰਦੇ ਸੀ ਵੀ ਜਦੋਂ ਬਿਜਲੀ ਥੋੜ੍ਹੀ ਪੁਲਿਸ ਨੇ ਨਹੀਂ, ਇਹਦੇ 'ਚ ਪੁਲਿਸ ਦੇ ਉਲਝਣ ਦੀ ਕੋਈ ਉਹ ਨਹੀਂ ਹੈ। ਇਹ ਜਿਹੜਾ ਜਿੱਦਾਂ ਜਿੱਦਾਂ ਬਾਰਡਰ ਸਟੇਟਸ ਨੇ, ਜਿਹੜੀਆਂ ਬਾਰਡਰ ਸਟੇਟਸ ਵਾਰ ਵਾਰ CM ਸਾਹਿਬ ਦੀ ਸਟੇਟਮੈਂਟ ਸੁਣਦੇ ਹੋ, ਉਹ ਆਪਣੇ ਜਿਹੜੀ ਆਪਣੇ ਤਾਂ ਨਹੀਂ ਕੋਈ ਪ੍ਰੋਬਲਮ ਹੈ ਦਾਰੂ ਦੀ, ਹਰਿਆਣੇ ਦੀ ਪ੍ਰੋਬਲਮ ਹੈ। ਹਰਿਆਣੇ ਦੀ ਜਿਹੜੇ ਉਹਨੇ CM ਨੇ ਜਾਂ ਹੋਰ ਨੇ, ਉਹ ਉੱਥੇ ਕਿਉਂ ਨਹੀਂ ਚੈੱਕ ਕਰ ਰਹੇ ਉੱਥੋਂ ਕਿਵੇਂ ਉਹ 100-100 ਪੇਟੀ 200-200 ਪੇਟੀ ਲੋਡ ਹੋਣ ਦਿੰਦੇ ਨੇ। ਉਹ ਹਰਿਆਣੇ 'ਚ ਹੁੰਦੀ ਹੈ ਨਾ, ਉਹ ਹਰਿਆਣੇ ਦੇ ਵਿੱਚ ਉੱਥੇ ਕੀ ਐਕਸ਼ਨ ਲੈ ਰਹੇ ਨੇ, ਉਹ ਹਰਿਆਣਾ ਸਰਕਾਰ ਕੀ ਐਕਸ਼ਨ ਲੈ ਰਹੀ ਹੈ। ਹਰਿਆਣਾ ਸਰਕਾਰ ਆਪਣਾ ਰੈਵਨਿਊ ਵੇਚਣ ਲਈ, ਉਹਨਾਂ ਦੇ ਦਿਮਾਗ 'ਤੇ ਕੋਈ ਬੋਝ ਨਹੀਂ ਹੈ। ਸਰ 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ ਹੈ, ਪੰਜਾਬ ਦੇ ਵਿੱਚ ਬੜਾ ਰੌਲਾ ਹੈ ਚਿੱਟੇ ਦਾ, ਪਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਕਿਤੇ ਚਿੱਟਾ ਨਹੀਂ ਸੁੱਟ ਰਿਹਾ। ਹੁਣ ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਅਸੀਂ ਚਿੱਟੇ ਨੇ, ਬੜੇ ਬੜੇ ਨਾਮਵਰ ਵਿਅਕਤੀ ਜਿਹੜੇ ਨੇ ਉਹ ਇਸ ਸਰਕਾਰ ਦੇ ਸ਼ਿਕਾਰ ਨੇ। ਨਹੀਂ, ਤੁਸੀਂ ਜੇ 10 ਸਾਲਾਂ ਦੇ ਵਿੱਚ ਚੈੱਕ ਕਰੋਗੇ, ਤੁਸੀਂ ਸਾਰੇ ਥਾਣੇ ਦਾ ਰਿਕਾਰਡ ਚੈੱਕ ਕਰੋਗੇ, 10 ਸਾਲਾਂ ਦੇ ਵਿੱਚ ਵੀ ਪਰਚੇ ਬਹੁਤ ਹੋਏ ਨੇ। ਤੁਸੀਂ ਚੈੱਕ ਕਰੋ ਉੱਥੇ ਚਿੱਟੇ ਦੇ ਪਰਚੇ ਬਹੁਤ ਹੋਏ ਹੋਏ ਨੇ। ਉਹ 10 ਸਾਲਾਂ ਦਾ ਰਿਕਾਰਡ ਤੁਸੀਂ ਥਾਣਾ ਵਾਈਜ਼ ਲੈ ਲਓ ਨਾ, ਉਹਨੂੰ ਹੁਣ ਕੈਲਕੂਲੇਟ ਕਰੋ, ਆਹ ਸਾਲਾਂ ਨਾਲ ਕੈਲਕੂਲੇਟ ਕਰੋ ਵੀ ਹੁਣ ਘਟਿਆ ਕਿ ਵਧਿਆ। ਉਹ ਹੁਣ ਘਟਿਆ, ਜਿਹੜਾ ਚਿੱਟੇ ਦਾ ਕੰਮ ਸੀਗਾ, ਜਿਹੜੇ ਜੇ ਕਿਤੇ ਹੈਗਾ ਸੀਗਾ, ਉਹ 2-3 ਹਫ਼ਤ 'ਚ ਨੇ ਉੱਥੇ ਘਟਿਆ, ਪੂਰਾ ਘਟਿਆ, 100% ਘਟਿਆ। ਜਿਹੜੇ ਮੇਨ ਸਮੱਗਲਰ ਨੇ ਉਹ ਫੜੇ ਗਏ ਨੇ, ਈਵਨ ਕਿ ਜਿਹੜਾ ਚਿੱਟਾ ਵੀ ਹੈਗਾ ਉਹ ਨਾਈਜੀਰੀਅਨਸ ਜ਼ਿਆਦਾ ਦਿੱਲੀ ਤੋਂ ਸਪਲਾਈ ਕਰਦੇ ਨੇ। ਉਹ ਦਿੱਲੀ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਵੀ ਨਾਈਜੀਰੀਅਨਸ ਉੱਥੇ ਕਿੱਥੋਂ ਆਏ ਹੋਏ ਨੇ, ਉਹਨਾਂ ਦਾ ਕੀ ਬੈਕਗ੍ਰਾਊਂਡ ਹੈ, ਉਹਨਾਂ 'ਤੇ ਚੈੱਕ ਕਰਨਾ ਚਾਹੀਦਾ। ਜਿਹੜੇ ਮਤਲਬ ਜੋ ਜੇ ਆਪਣੇ ਪੰਜਾਬ ਦੇ ਵਿੱਚ ਨਹੀਂ ਕਿਤੋਂ ਆਉਂਦੇ, ਜੇ ਪੰਜਾਬ ਵਾਲੇ ਕੰਮ ਕਰਦੇ ਨੇ ਜ਼ਿਆਦਾ, ਪੰਜਾਬ ਦੇ ਕੰਮ ਬੰਦੇ ਘੱਟ ਕੰਮ ਕਰਦੇ ਨੇ, ਬਾਹਰਲੇ ਬੰਦੇ ਜ਼ਿਆਦਾ ਕੰਮ ਕਰਦੇ ਨੇ,
ਉਹਨਾਂ ਤੇ ਜ਼ਿਆਦਾ ਚੈੱਕ ਹੋਣਾ ਚਾਹੀਦਾ। ਮੈਂ ਤੁਹਾਨੂੰ ਬਾਰ ਬਾਰ ਇਹੀ ਕਹਿ ਰਿਹਾ, ਜਿਹੜੀਆਂ ਬਾਹਰਲੀਆਂ ਸਟੇਟਸ ਤੇ ਕੰਟਰੋਲ ਹੋ ਜਾਏ, ਪੰਜਾਬ 100% ਫਰੀ ਹੋ ਜਾਊ। ਸਾਡੇ ਅੱਗੇ ਮੇਰਾ ਡੇਲੀ ਦਾ ਪ੍ਰੋਗਰਾਮ ਹੋਊਗਾ ਜੀ ਸਾਰੇ ਪਿੰਡਾਂ 'ਚ। ਅਸੀਂ ਇੱਥੇ ਵਾਰਡ ਵਾਈਜ਼ ਕਮੇਟੀਆਂ ਬਣਾ ਦਾਂਗੇ, ਜਿਹੜੇ ਡੈਪੋ ਨੇ ਉਹਨਾਂ ਨੂੰ ਸਪੋਰਟ ਕਰਾਂਗੇ। ਅਤੇ ਘੱਟੋ ਘੱਟ ਅਸੀਂ ਇਹ ਤਾਂ ਡੇਲੀ ਇੱਥੇ ਗੇੜਾ ਲਾਇਆ ਕਰਨਗੇ ਸਾਰੇ ਪਿੰਡਾਂ 'ਚ। ਮੈਂ ਦੂਏ ਦੀ ਇਹਦੇ ਨੇ ਇਸ ਪਿੰਡ ਜਾਇਆ ਕਰੂੰਗਾ, ਜਿੱਥੇ ਜਿੱਥੇ ਵੀ ਸਾਨੂੰ ਕੋਈ ਡਾਊਟ ਹੈ ਕੋਈ ਗੱਲ ਹੈ ਉਹਦੇ 'ਤੇ ਐਕਸ਼ਨ ਵੀ ਲਵਾਂਗੇ। ਜੇ ਕੋਈ ਬੰਦਾ ਪੀੜਤ ਹੈ, ਨਸ਼ੇ ਨਾਲ ਉਹਦੀ ਪ੍ਰੋਬਲਮ ਆ ਗਈ, ਨਸ਼ਾ ਲੈਣ ਲੱਗ ਗਿਆ, ਤਾਂ 100% ਅਸੀਂ ਉਹਦਾ ਇਲਾਜ ਵੀ ਕਰਾਵਾਂਗੇ। ਬਾਦਸ਼ਾਹ ਤੇ ਸਾਡੇ ਕੋਲ ਕਹਿਣ ਸਹੀ ਸਾਨੂੰ ਵੀ ਆਹ ਮੁੰਡਾ, ਅਸੀਂ ਉਹਨੂੰ ਆਪਦੇ ਲੈਵਲ 'ਤੇ ਲੈ ਕੇ ਜਾਂਦੇ ਹਾਂ ਅਤੇ ਘਰਦੇ ਕਹਿ ਦਿੰਦੇ ਸਾਡੇ ਮੁੰਡੇ ਨੂੰ ਜਾਣ ਕੇ ਐਂ ਕਰਦੇ ਨੇ। ਅਸੀਂ ਘਰਦਿਆਂ ਦੀ ਸਪੋਰਟ ਨਾਲ ਉਹਨੂੰ ਇਲਾਜ ਲਈ ਲੈ ਕੇ ਜਾਂਦੇ। ਪਿੰਡ ਦੇ ਵਿੱਚ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਨਸ਼ਿਆਂ ਦੀ। ਪਿੰਡ ਦੇ ਵਿੱਚ ਦਾਰੂ ਤੇ ਅੱਜ ਕੱਲ੍ਹ ਜੋ ਆਪਾਂ ਪੂਰੇ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਚਿੱਟਾ, ਇਹ ਆਮ ਹੋ ਚੁੱਕਿਆ ਹੈਗਾ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਉਹ ਨਸ਼ੇ ਦੀ ਅਡਿਕਟਡ ਹੋ ਚੁੱਕੀ ਹੈਗੀ। ਅਸੀਂ ਇੱਕ ਐਪਲੀਕੇਸ਼ਨ ਲੇਡੀਜ਼ ਦੇ ਥਰੂ ਐਸ ਐਸ ਪੀ ਸਾਹਿਬ ਨੂੰ ਦਿੱਤੀ ਸੀਗੀ, ਪਰ ਉਹ ਐਪਲੀਕੇਸ਼ਨ ਦੇ ਸੰਬੰਧ ਦੇ ਵਿੱਚ ਜੋ ਪਿੰਡ ਦੇ ਵਿੱਚ ਕਾਰਵਾਈ ਹੋਈ ਆ ਉਹ ਸਿਰਫ ਨਸ਼ਾ ਕਰਨ ਵਾਲਿਆਂ 'ਤੇ ਹੋਈ ਆ, ਪਰ ਨਸ਼ਾ ਵੇਚਣ ਵਾਲਿਆਂ ਨੂੰ ਇਹਦੇ ਨੇ ਮਿਲ ਗਿਆ। ਐਕਚੁਲੀ ਜੋ ਇਹ ਸਰਪੰਚ ਸਾਹਿਬ ਵਾਲੀ ਗੱਲ ਹੋਈ ਹੈਗੀ, ਇਹ ਪਿਛਲੇ ਸਮੇਂ ਦੇ ਵਿੱਚ ਉਹ ਨਸ਼ਾ ਜ਼ਰੂਰ ਵੇਚਦੇ ਸੀ, ਮੈਂ ਇਸ ਗੱਲ ਤੋਂ ਕਰਨੀ, ਪਰ ਜੋ ਹੁਣ ਮੌਜੂਦਾ ਗਾ ਮੌਜੂਦਾ ਪੁਲਿਸ ਨੇ ਜਿਹੜਾ ਇਹ ਕੀਤਾ ਜੀ ਮੀਟਿੰਗ ਕੀਤੀ ਹੈ, ਕੀ ਤਸੱਲੀ ਆ ਪੁਲਿਸ ਦੇ ਕੰਮ? ਸਾਡਾ ਘਾਟ ਵਾਲਾ ਜਿਹੜਾ ਸਰਦਾਰ ਉਹ ਤੇ ਸਾਨੂੰ ਤਸੱਲੀ ਹੈ, ਜਿਹੜੀ ਸਾਡੀ ਮਹਿਲਾ ਨੂੰ ਸਭ ਸੰਭਾਲ ਤਸੱਲੀ ਜਿਹੜੇ ਬੇਚਦੇ ਨੇ ਉਹ ਚੱਕੇ ਜਾਏ ਚੱਲ ਜਾਂਦੇ ਪੂਰਾ ਹੋ ਜਾਓ।